हेलो जी, मैं है बाबर मुश्ताक क्लेयर KTB तो। और अज असी पहुंचे हैं जी 105 बंगे पिंड भगत सिंह संधु साहब का। उत्थे जनाब असी अज आए हैं, तो मेरे जिन्हें भी सिंह बरादरी है, सिख बरादरी है, उन्होंने वास्ते स्पैशल वीडियो आ। पाकिस्तान च है जड़ावाला के नाल फैसलाबाद और जड़ावाला दरम्यान 105 बंगे पिंड। राजा शहजाद साहब मेरे नाल ने, असं जनाब यूके तो आए, तशरीफ लाए हैं, यह देख रहे हो। और ज़्यादा बड़ी खुशी मैं ये हो रही है कि मैं वैसे पहले पता नहीं सी कि जिन्होंने हुण ये हवेली सांभी है, जिन्हों को यह हुण घर है भगत सिंह का, वो साढ़े अजीज़ ने, वो विरक ने। तुसीं आ बोर्ड भी देख रहे हो कि उनका बड़ी खुशी हुई इस गल की। बाल विरक साहब अंकल सन, उन्होंने बेटा सत विरक साहब, इन्होंने हुण हवेली है जनाब ये सांभी हुई है। अगर कैमरा मैन मैं दिखा सके थोड़ा जहा, मैं तुम्हें दसना चाहवागा कि 28 सितंबर 1907 नूं ये पैदा हुए और 23 मार्च 1931 नूं। लेकिन जिहड़ी तारीख दस दीए, वो तारीख ये दस दीए कि 24 मार्च नूं इन्हां दी फांसी दा इन्हां नूं हुक्म होया सी, लेकिन प्रैशर इन्ना हो गया कि इन्हां नूं 23 मार्च नूं उन्होंने फांसी देनी पै गई। एक ASP उन्हां को इन्होंने उन्हां दा कतल किया सी, ते उहदे वास्ते इन्हां दी शहादत बाद च होई। मैं तुहानूं अगे लैके जाना चाहवांगा, बहुत अच्छी अच्छी चीज़ां ने जिहड़ियां मैं तुहानूं शेयर करना चाहवांगा। कि जिन्नी मेरी पूरी दुनिया से कम्यूनिटी आ, सिंह कम्यूनिटी, उन्होंने मैं दिखाना चाहना। यह दरख्त है बेरी का, यह तुम देख सकते हो, मैं तुम्हें दस सकता। देखो यह बेरी का दरख्त है जिहड़ा भगत सिंह साहब ने अपने हाथ नाल लगाया इस बेरी नूं। और कुछ मैं तबरक तुहाडे वास्ते खास तौर पर UK वाले वास्ते लैके आ रहा गा। यह दरख्त तुहानूं दिखाना चाहना मैं जी, थोड़ा जिहा अगे आओ। यह दरख्त है बेरी का जड़ा उन्होंने अपने हथी लाया भगत सिंह साहब ने, शहीद साहब ने, उन्होंने अपने हथी लाया। तुसी देख सकते हो हिस्टरी। और देखो हरा भरा हले भी कितनी देर हो गई इस गल, लेकिन अज भी तुसी देख सकते हो कि यह अज भी मौजूद है, ये उन्होंने हाथ का ये लगा हुआ है। इस अलावा जिसे उन्होंने पैदाइश हुई है, जी असल उन्होंने घर है, जी जगह है, मैं तुम्हें वो भी दिखाना चाहवागा। ਇਹ ਕਮਰਾ ਜਨਾਬ, ਇਹ ਕਮਰਾ ਤੁਸੀਂ ਦੇਖ ਸਕਦੇ ਹੋ ਕਿ ਪੂਰੀ ਹਿਸਟਰੀ ਉਹਨਾਂ ਨੇ ਸਾਕਿਬ ਵਿਰਕ ਸਾਹਿਬ ਨੇ ਰੱਖੀ ਹੋਈ ਹੈ। ਮੇਰਾ ਖਿਆਲ ਸ਼ਾਇਦ ਸਾਡੀ ਆਪਣੀ ਸਿੰਘ ਕਮਿਊਨਿਟੀ ਕੋਲ ਵੀ ਇੰਨੀ ਹਿਸਟਰੀ ਨਾ ਹੋਵੇ ਜਿੰਨੀ ਉਹਨਾਂ ਨੇ ਇਸ ਵਕਤ ਤੁਸੀਂ ਦੇਖ ਰਹੇ ਹੋ ਕਿ ਇਹ ਸਾਰੀ ਦੇਖੋ ਐਸਾ ਵੀ ਹੋਈ ਹੈ। ਔਰ ਇੱਥੇ ਮੈਂ ਜ਼ਿਕਰ ਕਰਨਾ ਚਾਹਵਾਂਗਾ ਉਹਨਾਂ ਦੇ ਫਾਦਰ ਕਿਸ਼ਨ ਸਿੰਘ ਸਾਹਿਬ, ਇਹ ਉਹਨਾਂ ਦੇ ਫਾਦਰ ਸਨ। ਭਗਤ ਸਿੰਘ ਸਾਹਿਬ ਦੀ ਫੋਟੋ ਹੈ, ਇਹ ਉਹਨਾਂ ਦੀ ਮਾਤਾ ਜੀ ਮਦਰ ਉਹਨਾਂ ਦੀ ਫੋਟੋ ਹੈ, ਇਹਨਾਂ ਦੀ ਭਾਬੀ ਜੀ ਦੁਰਗਾ ਭਾਬੀ ਜੀ, ਔਰ ਬਾਕੀ ਬਹੁਤ ਸਾਰੀਆਂ ਤਸਵੀਰਾਂ ਤੁਸੀਂ ਅਗਰ ਦੇਖਣਾ ਚਾਹੋ ਤਾਂ ਤੁਸੀਂ ਦੇਖੋ ਦੇਖ ਸਕਦੇ ਹੋ। ਬਹੁਤ ਸਾਰਾ ਇਹ ਕਮਰਾ ਆਪਣੀ ਅਸਲ ਹਾਲਤ 'ਚ ਇਹ ਮੌਜੂਦ ਹੈ, ਅਸਲ ਹਾਲਤ 'ਚ ਸਿਰਫ ਥੋੜ੍ਹੀਆਂ ਛੱਤਾਂ ਉਹਨਾਂ ਨੇ ਚੇਂਜ ਕੀਤੀਆਂ ਨੇ, ਕਿਉਂਕਿ ਤੁਹਾਨੂੰ ਪਤਾ ਜਰਾ ਦੇਰ ਹੋ ਜਾਏ ਥੋੜ੍ਹਾ ਜਿਹਾ ਚੇਂਜ ਕਰਨਾ ਪੈਂਦਾ, ਪਾਣੀ ਛਾਣੀ ਬਾਰਿਸ਼ ਦੇ ਹਵਾਲੇ ਨਾਲ। ਔਰ ਇਹ ਕਮਰਾ ਉਹ ਹੈ ਜਿੱਥੇ ਮੈਂ ਲੈ ਕੇ ਜਾ ਰਿਹਾ, ਜਿੱਥੇ ਉਹਨਾਂ ਦੀ ਪੈਦਾਇਸ਼ ਹੋਈ। ਇਸ ਕਮਰੇ 'ਚ ਭਗਤ ਸਿੰਘ ਸੰਧੂ ਸਾਹਿਬ ਸੰਧੂ ਸਾਹਿਬ ਸ਼ਹੀਦ ਜਿਹੜੇ ਉਹ ਪੈਦਾ ਹੋਏ। ਇਹ ਅਸਲ ਕਮਰਾ ਅਤੇ ਅਸਲ ਦੁਆਰਾ, ਔਰ ਤੁਸੀਂ ਦੇਖ ਰਹੇ ਹੋ ਕਿ ਬਹੁਤ ਸਾਰੀ ਹਿਸਟਰੀ ਜਿਹੜੀ ਹੈ ਇਸ ਵਕਤ ਤੁਹਾਨੂੰ ਨਜ਼ਰ ਆ ਰਹੀ ਹੈ। ਇਹਨਾਂ ਦੀ ਫੋਟੋ ਜੇ ਆ ਰਹੀ ਹੈ, ਦੂਸਰੇ ਬੈਠੇ ਨੇ, ਦੇਖੋ ਤੁਸੀਂ ਦੇਖ ਸਕਦੇ ਹੋ। ਬਲਕਿ ਮੈਨੂੰ ਦੱਸ ਰਹੇ ਸਨ ਸਾਕਿਬ ਭਾਈ ਕਿ ਜੀ FIR ਦੀ ਕਾਪੀ ਵੀ ਉਹਨਾਂ ਨੇ ਇੱਥੇ ਕਿਤੇ ਲਗਾਈ ਹੋਈ ਹੈ ਜਦੋਂ ਉਹਨਾਂ 'ਤੇ ਕੇਸ ਹੋਇਆ। ਅਤੇ ਇਹ ਚਰਖਾ, ਇਹ ਓਰੀਜਨਲ ਉਹਨਾਂ ਦੀ ਹਾਲਤ ਹੈ ਜੀ, ਬਿਲਕੁਲ ਉਹਨਾਂ ਦੇ ਉਹਨਾਂ ਦਾ ਆਇਆ ਚਰਖਾ। ਇਹ ਨਾਲ ਚੱਕੀ ਸੀ ਇੱਕ ਛੋਟੀ ਜੀ, ਉਹ ਵੀ ਅੱਜ ਆਪਣੀ ਅਸਲ ਹਾਲਤ 'ਚ ਮੌਜੂਦ ਆ। ਔਰ ਮੈਨੂੰ ਬੜੀ ਖੁਸ਼ੀ ਹੋ ਰਹੀ ਆ ਇਹ ਗੱਲ ਦੱਸ ਕੇ ਕਿ ਮੈਂ ਸਪੈਸ਼ਲੀ ਆਪਣੀ ਸਿੰਘ ਕਮਿਊਨਿਟੀ ਵਾਸਤੇ ਇੱਥੇ ਤਸ਼ਰੀਫ ਲੈ ਕੇ ਆਇਆ, ਔਰ ਬੜਾ ਮਾਣ ਆ ਮੈਨੂੰ। ਦੇਖੋ ਇੱਕ ਮੁਸਲਮਾਨ ਹੋਣ ਦੇ ਨਾਤੇ ਅਸੀਂ ਹਰ ਮਦਰ ਦੀ ਉਹਦੀ ਕਦਰ ਕਰਦੇ ਹਾਂ, ਉਹਦੀ ਰਿਸਪੈਕਟ ਕਰਦੇ ਹਾਂ। ਔਰ ਜਿਵੇਂ ਕਿ ਤੁਸੀਂ ਸਾਰੇ ਮੈਨੂੰ ਜਾਣਦੇ ਵੀ ਹੋ ਕਿ ਮੈਂ ਹਮੇਸ਼ਾ ਕੋਸ਼ਿਸ਼ ਕੀਤੀ ਆ ਜੋੜਨ ਦੀ, ਨਾ ਕਿ ਤੋੜਨ ਦੀ। ਔਰ ਇਹਦਾ ਸਬੂਤ ਤੁਹਾਨੂੰ ਅੱਜ ਦੇ ਰਿਹਾ ਕਿ ਪਹਿਲੇ ਨਨਕਾਣਾ ਸਾਹਿਬ ਵੀ 2 ਸਾਲ ਪਹਿਲੇ ਮੈਂ ਗਿਆ ਸੀ, ਔਰ ਅੱਜ ਮੈਂ ਦੇਖੋ ਇੱਥੇ ਭਗਤ ਸਿੰਘ ਨੇ ਮੈਨੂੰ ਬੜਾ ਸੀ। ਔਰ ਜ਼ਿਆਦਾ ਖੁਸ਼ੀ ਜਿਹੜੀ ਹੋਈ ਹੈ ਮੈਨੂੰ ਕਿ ਮੇਰੇ ਅਜ਼ੀਜ਼ ਜਿਹੜੇ ਨੇ ਹੁਣ ਇੱਥੇ, ਉਹਨਾਂ ਕੋਲ ਇਹ ਘਰ ਆ। ਔਰ ਜਿਹੜੇ ਵੀ ਸਿੰਘ ਕਮਿਊਨਿਟੀ, ਮੇਰੇ ਭੈਣ ਭਰਾ, ਬਾਬੇ ਚਾਚੇ, ਜਦੋਂ ਵੀ ਆਉਣਾ ਚਾਹੁਣ ਪਲੀਜ਼ ਮੈਨੂੰ ਕਾਲ ਕਰਕੇ ਜ਼ਰੂਰ ਆਉਣ, ਤੁਹਾਡੀ ਪੂਰੀ ਖਿਦਮਤ ਕਰਾਂਗੇ ਇੱਥੇ, ਤੁਹਾਡਾ ਆਪਣਾ ਪਾਕਿਸਤਾਨ ਇਹ ਦੂਸਰਾ ਘਰ ਆ। ਔਰ ਬਹੁਤ ਖੁਸ਼ੀ ਹੋ ਰਹੀ ਹੈ, ਤੁਸੀਂ ਹਿਸਟਰੀ ਸਾਰੀ ਦੇਖ ਰਹੇ ਹੋ, ਅਸਲ ਹਾਲਤ 'ਚੋਂ ਕਮਰਾ ਜਿੱਥੇ ਉਹਨਾਂ ਦੀ ਪੈਦਾਇਸ਼ ਹੋਈ, ਔਰ ਇਹ ਚੀਜ਼ਾਂ ਤੁਹਾਨੂੰ ਦੱਸੀਆਂ ਨੇ ਕਿ ਇਹ ਬਿਲਕੁਲ ਅਸਲ ਨੇ ਉਹਨਾਂ ਦੀਆਂ।
ਬਹੁਤ ਸਾਰੀ ਹਿਸਟਰੀ ਦੇਖੋ ਬੜੀ ਖੁਸ਼ੀ ਮੈਨੂੰ ਹੋ ਰਹੀ ਹੈ ਵੈਸੇ ਕਿ ਹਰ ਚੀਜ਼ ਗਲੀ ਗਲੀ ਅਗਰ ਤੁਸੀਂ ਦੇਖਣਾ ਚਾਹੋ ਤਾਂ ਇਹ ਦੇਖ ਸਕਦੇ ਹੋ ਮੁਕੰਮਲ ਹਿਸਟਰੀ ਉਹਨਾਂ ਦੀ ਪੂਰੀ ਫੈਮਿਲੀ ਦੀ ਉਹਨਾਂ ਦਾ ਪੂਰਾ ਸਿਸਟਮ ਜਿਹੜਾ ਹੈ ਸੀ ਉਹ ਤੁਸੀਂ ਇਹਨੂੰ ਦੇਖ ਸਕਦੇ ਹੋ ਅੱਜ ਵੀ ਮੌਜੂਦ ਹੈ ਜਿਹੜੇ ਵੀ ਆਣ 105 ਰੇਬੇ ਬੰਗੇ ਪਿੰਡ ਆ ਫੈਸਲਾਬਾਦ ਤੋਂ ਜਿਹੜਾ ਵਾਲਾ ਜਾਂਦਿਆ ਹੋਇਆ ਇਹ ਰਸਤੇ 'ਚ ਪਿੰਡ ਆਉਂਦਾ ਮੇਨ ਰੋਡ ਤੋਂ ਤਕਰੀਬਨ ਕੋਈ 4 ਕਿਲੋਮੀਟਰ ਅੰਦਰ ਇਹ ਪਿੰਡ ਹੈ ਅਤੇ ਮੇਰੇ ਜਿਹੜੇ ਅਜ਼ੀਜ਼ ਨੇ ਉਹ ਹਮਾ ਵਕਤ ਤੁਹਾਡੀ ਖਿਦਮਤ ਵਾਸਤੇ ਸਾਰੇ ਤਿਆਰ ਨੇ ਥੈਂਕ ਯੂ ਵੈਰੀ ਮੱਚ